ਵਿਚਾਰ ਸਾਂਝੇ ਕਰਨਗੇ। ਜਿਹੜਾ ਅੱਜ ਦਾ ਮਕਸਦ ਹੈ ਉਹ ਕੇਵਲ ਤੇ ਕੇਵਲ ਪਾਰਲੀਮੈਂਟ ਦੀ ਜਿਹੜੀ ਚੋਣ ਹੈ ਉਹ ਆਪਾਂ ਸਮਝਦੇ ਹਾਂ 19 ਮਈ ਨੂੰ ਹੋ ਰਹੀ ਹੈ, ਅਤੇ ਆਪਣੀ ਕਾਂਗਰਸ ਪਾਰਟੀ ਨੇ ਮੁਹੰਮਦ ਸਦੀਕ ਜੀ ਨੂੰ ਆਪਣੇ ਪਾਰਲੀਮੈਂਟ ਦੇ ਉਮੀਦਵਾਰ ਉਤਾਰਿਆ। ਐਂ ਤੁਸੀਂ ਬਾਖੂਬੀ ਸਾਰੇ ਸਮਝਦੇ ਹੋ ਕਿ ਜਿਹੜੀ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਇਹ ਵਰਕਰ ਪਾਰਟੀ ਦਾ ਸੰਗਠਨ ਅਤੇ MLA ਆਪਣੇ ਆਪਣੇ ਹਲਕਿਆਂ 'ਚ ਲੜਦੇ ਨੇ। ਸੋ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਤਕਲੀਫ ਦਿੱਤੀ ਹੈ ਕਿ ਮੋਗਾ ਹਲਕੇ ਦੀ ਜਿਹੜੀ ਰਹਿਨਮਾਈ ਹੈ ਉਹ ਸਾਡੇ ਹਰਜੋਤ ਕਮਲ ਜੀ MLA ਕਰਦੇ ਨੇ, ਐਂਡ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਇਸ ਹਲਕੇ ਦੀ ਆਪਾਂ ਲੀਡ ਨੂੰ ਕਾਂਗਰਸ ਪਾਰਟੀ ਦੀ ਲੀਡ ਨੂੰ ਵਧਾਉਣਾ ਹੈ। ਜਿੱਥੇ ਕਿੱਥੇ ਹੋਰ ਵੀ ਸਾਡੀਆਂ ਰਿਸ਼ਤੇਦਾਰੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਵੀ, ਉੱਥੇ ਵੀ ਅਸੀਂ ਕਾਂਗਰਸ ਪਾਰਟੀ ਲਈ ਬੇਨਤੀ ਕਰਨੀ ਹੈ। ਇਹ ਰੈਲੀ ਹੈ, ਜੇ ਇਹ ਮੀਟਿੰਗ ਹੈ ਤਾਂ ਮੈਂ ਸਮਝਦਾ ਕਿ ਸਾਡੀ ਰੈਲੀ ਕਿੱਡੀ ਵੱਡੀ ਹੋਊਗੀ ਅਤੇ ਵੱਡੀ ਮੀਟਿੰਗ ਕਿੱਡੀ ਵੱਡੀ ਹੋਊਗੀ ਇਹ ਅੱਜ ਤੋਂ ਅੰਦਾਜ਼ਾ ਲਾਇਆ ਜਾ ਸਕਦਾ। ਔਰ ਇਹਦਾ ਕਾਰਨ ਇੱਕ ਹੀ ਹੈ ਕਿ ਅੱਜ ਸਾਡੇ ਸਾਰੇ ਮੋਗੇ ਵਾਲਿਆਂ ਦੇ ਮਨਾਂ 'ਚ ਵੀ ਇਹ ਉਹੀ ਗੱਲ ਹੈ, ਹਿੰਦੁਸਤਾਨ ਦੇ ਆਵਾਮ ਦੇ ਮਨਾਂ ਦੇ ਵਿੱਚ ਵੀ ਇੱਕੋ ਗੱਲ ਹੈਗੀ ਹੈ ਕਿ ਹੁਣ ਮੌਕਾ ਹੈ ਜੋ 5 ਸਾਲ ਹਿੰਦੁਸਤਾਨ ਦੇ ਲੋਕਾਂ ਨੇ ਤਸੀਹੇ ਸਹੇ ਹੈ, ਜੋ ਸਾਡੀ ਜਿਹੜਾ ਵੈ ਇੱਥੋਂ ਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਉਣਾ ਸਾਡਾ ਇਹ ਟੀਚਾ, ਇਹ ਸਾਡੀ ਮੱਛੀ ਦੀ ਅੱਖ ਦੇ ਉੱਤੇ ਨਿਸ਼ਾਨਾ ਹੈ। ਇਸ ਤੋਂ ਥੱਲੇ ਜਿੰਨੀਆਂ ਵੀ ਗੱਲਾਂ ਸਾਡੀਆਂ ਆਪਸ ਦੇ ਵਿੱਚ ਲੋਕਲ ਪੱਧਰ ਦੀਆਂ ਹੁੰਦੀਆਂ ਕੋਈ ਹੁੰਦਾ ਉਹ ਸਿਟੀ ਕਾਂਗਰਸ ਮੋਗਾ ਦੇ ਪ੍ਰਧਾਨ ਸਾਹਿਬ ਸਾਥੀਆਂ ਦੇ ਨਾਲ ਪ੍ਰੋਗਰਾਮ ਬਣਾ ਕੇ ਸਾਨੂੰ ਦੇ ਦਿਓ। ਇੱਥੇ ਤਾਂ ਐਂ ਹੋ ਜਾਣਾ ਵੀ ਕਦੀ ਮੈਂ ਕਹਿ ਦੇਣਾ ਆ ਜਾਓ, ਕਦੀ ਬਾਂਸਲ ਸਾਹਿਬ ਨੇ ਕਹਿ ਦੇਣਾ, ਕਦੀ ਕਿਸੇ ਨੇ ਕਹਿ ਦੇਣਾ, ਅਤੇ ਤੁਹਾਨੂੰ ਤਾਂ ਐਂ ਰੋਲ ਹੀ ਰੱਖਾਂਗੇ ਅਸੀਂ, ਤੁਸੀਂ ਆਪਦੇ ਬਣਾਓ ਪ੍ਰੋਗਰਾਮ। ਤਾਂ ਉਹਨਾਂ ਨੇ ਕੱਲ੍ਹ ਸਾਨੂੰ ਇੱਕ ਬਣਾ ਕੇ ਪ੍ਰੋਗਰਾਮ ਦੇ ਦਿੱਤਾ ਕਿ ਸਾਰੇ 9 ਹਲਕਿਆਂ ਨੂੰ ਉਹਨਾਂ ਨੇ 3-3 ਦਿਨ ਦੇਣੇ ਆ, ਔਰ ਜਿਹੜੇ ਸਾਡੇ ਮੋਗੇ ਦੇ ਹਿੱਸੇ 'ਚ 3 ਦਿਨ ਆਏ ਆ ਉਹ 1 ਤਾਂ 18 ਤਰੀਕ ਦਾ, 9 ਹਲਕੇ ਆ, ਵੱਡਾ ਉਹਨਾਂ ਦੀ ਕੰਸਟੀਚੁਐਂਸੀ ਆ ਬਹੁਤ ਜ਼ਿਆਦਾ ਵੱਡੀ ਆ, ਇੱਥੇ ਇੱਕ ਪਿੰਡ ਨੂੰ ਜਾਂ ਇੱਕ ਸ਼ਹਿਰ ਨੂੰ ਕਵਰ ਕਰਨਾ ਬਹੁਤ ਔਖਾ ਹੁੰਦਾ ਅਤੇ ਇੱਕ ਹਲਕੇ ਨੂੰ ਬਹੁਤ ਔਖਾ ਹੁੰਦਾ। ਇਸ ਕਰਕੇ ਕੋਈ ਗੱਲ ਉਹਨਾਂ ਨੂੰ ਪੁੱਛ ਲਿਓ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦੁਖੀ ਹੋ ਅਤੇ ਉਹਦੇ ਬਾਰੇ ਨਹੀਂ ਤੁਸੀਂ ਸੋਚ ਸਕਿਆ ਅਤੇ ਸਾਡੇ ਬਾਰੇ ਤੁਸੀਂ ਕੀ ਸੋਚਣਾ। ਹੋਰ ਦੂਜੀਆਂ ਪਾਰਟੀਆਂ ਤਾਂ ਉੱਦਾਂ ਹੀ ਖੇਰੂ ਖੇਰੂ ਹੋ ਗਈਆਂ ਆਪਸ ਵਿੱਚ ਹੀ, ਅਤੇ ਹੁਣ ਆਪਾਂ ਤਕੜੇ ਹੋ ਕੇ ਆਪਣੀ ਜਿਹੜੇ ਵੀ ਭਰਾ ਰੁੱਸੇ ਪਾਸੇ ਆਸੇ ਗਏ ਸੀ ਪਿਛਲੇ ਇਲੈਕਸ਼ਨਾਂ 'ਚ ਉਹਨਾਂ ਨੂੰ ਆਪਾਂ ਮੋੜ ਕੇ ਲਿਆਉਣਾ, ਉਹਨਾਂ ਨੂੰ ਆਪਾਂ ਪ੍ਰੇਰਿਤ। MLA ਸਾਹਿਬ ਆਪ ਹੀ ਤੁਸੀਂ ਆਪਾਂ ਥੋੜ੍ਹੇ ਜਿਹੇ ਘੱਟ ਜ਼ੋਰ ਲਾਇਆ ਤਾਂ ਕਿ ਆਪਾਂ ਬਹੁਤ ਥੋੜ੍ਹੀ ਲੀਡ ਨਾਲ ਜਿੱਤੇ, ਪਰ ਉਹ ਜਿਹੜਾ ਧੋਣਾ ਆ। ਦਫ਼ਤਰ ਖੋਲ੍ਹਣ ਵਾਸਤੇ
इत्थे अज आगाज़ किया कांग्रेस की मुहिम का जिहड़ी साढ़े मुहम्मद सदीक जी नूं कांग्रेस वल्लों टिकट मिली है उन्होंने जिताउण वास्ते असीं सारिआं ने अज रल के तहैया किया कि कल्ले कल्ले ने मुहम्मद सदीक बन के इत्थे विचरना। सो मैं धन्नवाद करदा सारिआं दा जिहड़े अज दे इस प्रोग्राम च आए ने, खास करके शहर वालिआं दा प्रोग्राम सी और वड्डी गिणती दे विच लोकां ने आ के शमूलीयत की। साढ़े पिंडां तों वी कुछ साथी आए ने ते अज दा प्रोग्राम जिहड़ा ओह मेन असी उस इलैक्शन दी मुहिम दा आगाज़ ही किया। शहरां दी ते पिंडां दी कदों तों शुरू हो रही है अपनी मुहिम? मुहम्मद सदीक जी ने पहला प्रोग्राम सानू 18 तरीक नूं दित्ता, 3 दिन सानू हाले तक दित्ते ने उन्होंने, एक 18 अप्रैल, 30 अप्रैल ते 9 मई दा। असी 18 अप्रैल नूं 8 बजे तों पिंड सिंघां वाले तों शुरू करके प्रोग्राम जिहड़े आ पिंडां दे पहला रखे आ। दोपहर नूं एक इत्थे दफ्तर दा पिंडां वाले दा उद्घाटन भी करांगे दोनों के, ते उस तो बाद शाम तक ये जिहड़ी मुहिम चलूगी इस तरह ही 30 नूं ते फिर 9 नूं, उदों बाद भी जिहड़ा कोई समां बणिया उहनूं विच करांगे। 24 तरीक नूं कागज़ भरने आ असीं फरीदकोट, उदन सारे जा के ते उहनां दे कागज़ भरा के आवांगे। सानूं पूरी उम्मीद आ वड्डी लीड दे नाल असीं ये जिहड़ी चोण आ उह मुहम्मद सदीक जी जित्तणगे कांग्रेस पार्टी। कुछ दिन पहला जिला प्रधान वालों भी बैठक की गई थी, उस दिन तुम भी नहीं दिखाई दिए, हलका बाघा बरां तों विधायक भी दिखाई गए, अज जिहड़े जिला प्रधान नहीं दिखाई दिए। जिहड़ी ये कांग्रेस की मुहिम है यू किसी बंदे नाल किसी नाल नहीं हैगी, ये पार्टी की मुहिम है। चाहे ये जिला प्रधान जी होण, शहरी प्रधान होवे, किसी हल्के का MLA होवे, इत्थे MLA ने अपने अपने हल्के दे विच काम करना, जिला प्रधान जी ने सारे जिले दे विच काम करना। साडी इक्को ही साडा निशाना है, इक्को ही साडी सोच है, असी मुहम्मद सदीक जी नूं साडे जिहड़े कांग्रेस दे कैंडीडेट है उन्हां नूं असी जिताउणा, उहदे वास्ते जिहड़ी मर्जी मीटिंग करनी पवे, जिहड़ा मर्जी राह तैयार करना पवे, असी हर हीले हर वसीले इक्को सोच ते काम कर रहे हां, चाहे वह जिला लैवल दे करन, चाहे असी अपने अपने हल्कियां च बतौर MLA, चाहे शहर दे विच शहरी प्रधान, सारिआं दा निशाना इक। उम्मीद करदा कि डॉक्टर हरजोत कमल जिहड़े साडे मोगा दे MLA ने वड्डे भरा ने, ते साडा बड़ा आपस च कोआर्डीनेशन है, असीं दोनों ने इस मीटिंग का आयोजन किया। बेशक मीटिंग मेरे वालों सी, लेकिन इन्हों के शिरकत का जिहड़ा बहुत वड्डा रोल रहा, तो मैं महसूस किया कि लोग मोगा के हल्के में डॉक्टर हरजोत कमल जी नाल बहुत प्यार करते हैं, एंड जिहड़े साडे कैंडीडेट सानूं मुहम्मद सदीक जी दिते ने वह भी बड़े लोकप्रिय ने, एंड जिस तरह असी इस काम करन दा इरादा बनाया MLA साहब ने या मैं या साडी जिहड़ी सारी कांग्रेस पार्टी की टीम है, मैनूं लगता है कि लोगों जिवें अज साडे साथी इत्थे कांग्रेस दे आए ने, जिहड़ा मैं उन्हां च उत्साह महसूस किया, एंड मैं ये बड़े दावे नाल ते फखर नाल कह सकदा कि अगर इस तरह ही साडे वर्कर ऐं चलते रहे तो असी मोगे की जिहड़ी साडी कंस्टिट्यूएंसी है उहदी सब तो वध लीड होएगी, ते डॉक्टर हरजोत कमल जी का नाम उच्चा होएगा बतौर।